ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰੀਤ ਰਬਾਬ ਹੈ। ਅਸੀਂ ਆਪਣੀ ਸੰਸਥਾ 'ਚ ਮੁੰਡਿਆਂ ਨੂੰ ਭੈਣਾਂ ਦੇ ਵਿਆਹ 'ਤੇ ਕੰਮ ਕਰਨ ਦੀ ਟ੍ਰੇਨਿੰਗ ਦਿੰਦੇ ਹਾਂ। ਸਾਡੀ ਸੰਸਥਾ 'ਚ ਬਹੁਤ ਵਧੀਆ ਇੰਸਟ੍ਰਕਟਰ ਨੇ। ਭਰਾ ਨੂੰ ਟੈਂਟ ਬੁੱਕ ਕਰਨ 'ਚ, ਹਲਵਾਈ ਬੁੱਕ ਕਰਨ 'ਚ, ਕਾਰਡ ਬੁੱਕ ਕਰਨ 'ਚ ਅੱਗੇ ਰਹਿਣਾ ਚਾਹੀਦਾ। ਤੂੰ ਟੈਂਟ ਲਵਾਉਣੇ ਆ? ਸਤਿ ਸ਼੍ਰੀ ਅਕਾਲ ਜੀ, ਖਿਆਲ ਰੱਖਣਾ ਆਪਣੇ ਕੱਪੜਿਆਂ ਨਾਲੋਂ। ਮੁੰਡੇ ਵਾਲਿਆਂ ਦੇ ਕੱਪੜੇ ਜ਼ਿਆਦਾ ਜ਼ਰੂਰੀ ਨੇ ਯਾਰ। ਮੁੰਡੇ ਵਾਲਿਆਂ ਦੇ ਕੱਪੜੇ ਦੇਖ, ਆਪਣਿਆਂ ਦੀ ਪਈ ਹੋਈ ਤੈਨੂੰ। ਹਲਵਾਈਆਂ ਦਾ ਅੱਡਾ, ਟਾਈਮ ਸਿਰ ਲੱਗ ਜੇ, ਫੁੱਫੜ ਵਾਸਤੇ ਰਜਾਈ ਵਧੀਆ ਹੋਵੇ। ਵਾਰ ਜਾਈ ਫੁੱਫੜ ਨੂੰ ਦੇਣੀ ਆ। ਗੁਰਦੁਆਰਾ ਸਾਹਿਬ ਦੇ ਚਮਚ ਅਕਸਰ ਘੱਟ ਜਾਂਦੇ ਆ, ਉਹ ਪੂਰੇ ਕਰਨੇ ਚਾਹੀਦੇ ਨੇ। ਹਾਂ, ਕਿੱਧਰ ਚੱਲੇ? ਮੈਂ ਆਪਣਾ ਕੋਟ ਪ੍ਰੈਸ ਕਰਾਂ ਚੱਲਾਂ। ਪਹਿਲਾਂ ਚਮਚ ਗੁਰਦੁਆਰੇ ਦੇ ਪੂਰੇ ਕਰਕੇ ਆ। ਤੇ ਭਰਾ ਨੂੰ ਧਨੀਆ ਤੇ ਹੋਰ ਰਾਸ਼ਨ ਦਾ ਸਮਾਨ ਪੂਰਾ ਰੱਖਣਾ ਚਾਹੀਦਾ। ਬੱਚਿਆਂ ਨੂੰ ਸਾਂਭਣਾ ਚਾਹੀਦਾ। ਆਪਣੇ ਤਿਆਰ ਹੋਣ ਤੋਂ ਜ਼ਿਆਦਾ ਵੱਡੇ ਜੀਜੇ ਦੇ ਕੋਟ ਦਾ ਧਿਆਨ ਰੱਖੋ। ਤੂੰ ਆਪਣਾ ਕੋਟ ਬਾਅਦ ਚ ਪਾਈ, ਪਹਿਲਾਂ ਜੀਜੇ ਵਾਲਾ ਕੋਟ ਪ੍ਰੈਸ ਕਰਾ ਕੇ ਲਿਆ। ਅੱਛਾ, ਠੀਕ ਹੈ ਠੀਕ ਹੈ। ਵਿਆਹ ਵਾਲੇ ਦਿਨ ਮੁੰਡੇ ਵਾਲਿਆਂ ਨੂੰ ਬੈਠਣ ਲਈ ਕੁਰਸੀਆਂ ਜ਼ਿਆਦਾ ਜ਼ਰੂਰੀ ਨੇ। ਉਧਰ ਮੁੰਡੇ ਨੇ ਰੋਟੀ ਖਾਣੀ ਆ, ਚੱਲ ਕੁਰਸੀਆਂ ਰੱਖ ਕੇ। ਤੁਹਾਡੀ ਆਪਣੀ ਪਿਆਸ ਨਾਲੋਂ ਜਨਰੇਟਰ ਦਾ ਡੀਜ਼ਲ ਜ਼ਿਆਦਾ ਜ਼ਰੂਰੀ ਹੈ। ਬੋਲ ਹੈਗੀ ਆ, ਪਾਣੀ ਡੋਲ, ਤੇਲ ਲੈ ਕੇ ਆ। ਤੇਲ ਮਿਲਣ ਤੋਂ ਪਹਿਲਾਂ ਮਾਸੜ ਦੀ ਕਾਰ ਚੋਂ ਕੰਬਲ ਕੱਢੋ। ਮਾਸੜ ਦੀ ਕਿਹੜੀ ਹੈ ਯਾਰ? ਮੁੰਡੇ ਨੂੰ ਹਰ ਇੱਕ ਰਿਸ਼ਤੇਦਾਰ ਨੂੰ ਪਿੱਕ ਤੇ ਡ੍ਰੌਪ ਕਰਨਾ ਚਾਹੀਦਾ ਹੈ। ਆਪਣੇ ਪ੍ਰੈਸ਼ਰ ਨੂੰ ਕੰਟਰੋਲ ਕਰੋ। ਪ੍ਰੈਸ਼ਰ ਲੱਗਾ, ਪਹਿਲਾਂ ਮਾਮੇ ਨੂੰ ਜਾਣ ਦੇ। ਵਿਆਹ ਵਾਲੇ ਦਿਨ ਟੈਂਟ ਵਧੀਆ ਲੱਗੇ, ਉਸ ਤੋਂ ਜ਼ਿਆਦਾ ਜ਼ਰੂਰੀ ਕੰਮ ਵੀ ਨੇ। ਇਹਦਾ ਕੰਮ ਹੈ, ਟੈਂਟ ਵਾਲੇ ਨੇ ਆਪੇ ਕਰ ਲੈਣਾ, ਕੁੜੀ ਨੂੰ ਲੈ ਕੇ ਬਿਊਟੀ ਪਾਰਲਰ ਤੋਂ ਜਾ ਕੇ। ਇਸ ਤਰ੍ਹਾਂ ਭਰਾ ਨੂੰ ਵਿਆਹ ਦੇ ਇੱਥੇ ਨੱਚੀ ਨੇ ਜਾ, ਪਹਿਲਾਂ ਭਾਜੀ ਨੂੰ ਛੱਡ ਗਿਆ। ਧੰਨਵਾਦ, ਚਲੋ ਵੀ।